ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਵਿਰੇ ਵੈਲਫੇਅਰ ਸੁਸਾਇਟੀ ਰੌਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੌਲੀ ਵਿਖੇ ਤੀਆਂ ਦਾ ਵਿਸ਼ੇਸ਼ ਮੇਲਾ ਲਗਾਇਆ ਗਿਆ। 7 ਦਿਨ ਚੱਲੇ ਤੀਆਂ ਦੇ ਮੇਲੇ ਦਾ ਰਸਮੀ ਉਦਘਾਟਨ ਗੁਰਵਿੰਦਰ ਸਿੰਘ ਕੋਕੀ, ਸਾਬਕਾ ਹੈੱਡ ਮਾਸਟਰ ਗੁਰਦਿਆਲ ਸਿੰਘ, ਸਰਬਜੀਤ ਸਿੰਘ ਰੌਲੀ ਨੇ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ। ਅੱਜ ਤੀਆਂ ਦੇ ਸਮਾਪਤੀ ਸਮਾਗਮ ਦਰਮਿਆਨ ਪਿੰਡ ਦੀਆਂ 400 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਲਿਬਾਸ ਪਹਿਨ ਕੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਸੱਗੀ ਫੁੱਲ ਪਹਿਨ ਕੇ ਘੋੜੀਆਂ 'ਤੇ ਸੁਹਾਗ ਗਾਇਆ। ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਬੋਲੀਆਂ ਪਾਉਂਦਿਆਂ ਤੀਆਂ ਦੇ ਇਸ ਸਮਾਗਮ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਇਸ ਮੌਕੇ ਬਰੇਵ ਵੈਲਫੇਅਰ ਸੁਸਾਇਟੀ ਵੱਲੋਂ ਸਾਰੀਆਂ ਲੜਕੀਆਂ ਨੇ ਫ੍ਰੀ ਮਹਿੰਦੀ ਵੀ ਲਗਾਈ ਗਈ। ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਲਾਈਆਂ ਜਾਂਦੀਆਂ, ਪੁਰਾਣਾ ਸੱਭਿਆਚਾਰ ਜਿਹੜਾ ਹੈਗਾ ਤੀਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ, ਬਹੁਤ ਵਧੀਆ ਲੱਗਿਆ ਸਾਨੂੰ। ਅਸੀਂ ਜਿਵੇਂ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇਹੋ ਜਿਹਾ ਮਾਹੌਲ ਦੇਖਣ ਨੂੰ ਨਹੀਂ ਮਿਲਦਾ। ਇੱਥੇ ਆ ਕੇ ਸਾਰੀਆਂ ਬੱਚੀਆਂ ਇਕੱਠੀਆਂ ਹੋਈਆਂ, ਲੇਡੀਜ਼ ਸਾਰੀਆਂ ਪਿੰਡ ਦੀਆਂ ਇਕੱਠੀਆਂ ਹੋਈਆਂ, ਸਾਨੂੰ ਬਹੁਤ ਵਧੀਆ ਲੱਗਿਆ, ਬਹੁਤ ਅਸੀਂ ਮਤਲਬ ਇੰਜੋਏ ਕੀਤਾ ਤੀਆਂ ਨੂੰ। ਅਤੇ ਬਰੇਵ ਵੈਲਫੇਅਰ ਸੁਸਾਇਟੀ ਦੀ ਇੱਕ ਬਹੁਤ ਵਧੀਆ ਕੋਸ਼ਿਸ਼ ਹੈ, ਇਹੋ ਜਿਹੀਆਂ ਕੋਸ਼ਿਸ਼ਾਂ ਅਸੀਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਤਲਬ ਚੱਲਦੀਆਂ ਰਹਿਣੀਆਂ ਚਾਹੀਦੀਆਂ, ਤਾਂ ਕਿ ਸਾਡੇ ਵਰਗੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਇਸ ਚੀਜ਼ਾਂ ਤੋਂ ਬਿਲਕੁਲ ਅਸੀਂ ਟੁੱਟ ਚੁੱਕੇ ਹਾਂ, ਅਤੇ ਸਾਡੇ ਬੱਚੇ ਜਿਹੜੇ ਉਹ ਤਾਂ ਬਿਲਕੁਲ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ। ਅਤੇ ਸਾਡੇ ਬੱਚਿਆਂ ਨੇ ਵੀ ਅਤੇ ਅਸੀਂ ਵੀ ਬਹੁਤ ਆਨੰਦ ਮਾਣਿਆ ਤੀਆਂ ਦਾ, ਬਹੁਤ ਵਧੀਆ ਕੋਸ਼ਿਸ਼। ਤੀਆਂ ਜਿਹੜੀਆਂ ਨੇ ਪਹਿਲੀਆਂ ਤੀਆਂ ਹੋਰ ਸੀਗੀਆਂ, ਹੁਣ ਡੀ ਜੇ ਵਾਲੀਆਂ ਤੀਆਂ ਨੇ, ਕੀ ਮਹਿਸੂਸ ਕੀ ਕਰਦੇ ਹੋ, ਕਿਸ ਤਰ੍ਹਾਂ ਦੀ ਹੋਣੀਆਂ ਚਾਹੀਦੀਆਂ ਤੀਆਂ ਜਿਹੜੀਆਂ ਹੈਗੀਆਂ? ਪਹਿਲਾਂ ਜਿਹੜਾ ਸੀ ਪੁਰਾਣਾ ਸੱਭਿਆਚਾਰ ਸਾਨੂੰ ਪੂਰਾ ਤੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ, ਹੁਣ ਥੋੜ੍ਹਾ ਜਿਹਾ ਜਿਵੇਂ ਜਿਵੇਂ ਫਾਰਵਰਡ ਹੋ ਗਏ ਲੋਕ, ਉਵੇਂ ਉਵੇਂ ਤੀਆਂ ਦਾ ਵੀ ਮਾਹੌਲ ਜਿਹੜਾ ਹੈਗਾ ਬਦਲ ਗਿਆ। ਪਰ ਜਿਹੜਾ ਇੱਕ ਪੁਰਾਣਾ ਸੱਭਿਆਚਾਰ ਹੁੰਦਾ ਸੀ, ਕੁੜੀਆਂ ਬੋਲੀਆਂ ਪਾ ਕੇ ਆਪ ਨੱਚਦੀਆਂ ਸੀ, ਉਹ ਇੱਕ ਬਹੁਤ ਜ਼ਿਆਦਾ ਵਧੀਆ ਸੱਭਿਆਚਾਰ ਸੀ। ਪਰ ਜਿਹੜੀ ਐਫਰਟ ਹੋ ਰਹੀ ਹੈ, ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉੱਥੋਂ ਤੱਕ ਵੀ ਪਹੁੰਚ ਜਾਵਾਂਗੇ, ਕੋਸ਼ਿਸ਼ ਕਰ ਰਹੇ ਹਾਂ। ਤੀਆਂ ਮਨਾ ਰਹੇ ਹੋ, ਕੀ ਕਹੋਗੇ ਇਹਨਾਂ ਦੇ? ਤੀਆਂ ਜਿੱਦਾਂ ਕਿ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ, ਨਿਊ ਜਨਰੇਸ਼ਨ ਆ ਜੋ ਕਿ ਆਪਣਾ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ, ਇਹਦੇ ਵਿੱਚ ਅੱਜ ਨਵਾਂ ਰੰਗਾਰੰਗ ਪ੍ਰੋਗਰਾਮ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਜੋ ਪਿਛਲੇ ਜ਼ਮਾਨੇ ਵਿੱਚ ਮਨਾਇਆ ਜਾਂਦਾ ਸੀਗਾ, ਉਸ ਟਾਈਮ ਦੇ ਵਿੱਚ ਖੁਦ ਬੋਲੀਆਂ ਪਾਈਆਂ ਜਾਂਦੀਆਂ ਸੀਗੀਆਂ। ਅੱਜ ਕੱਲ੍ਹ ਜ਼ਿਆਦਾਤਰ ਲੋਕ ਡੀ ਜੇ 'ਤੇ ਇੰਜੋਏ ਕਰਕੇ ਖੁਸ਼ ਨੇ, ਜਿਸ ਤਰ੍ਹਾਂ ਕਿ ਵਿਆਹ ਸ਼ਾਦੀ ਦੇ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਸੀਗੀਆਂ। ਅੱਜ ਕੱਲ੍ਹ ਲੋਕ ਚਾਹੁੰਦੇ ਨੇ ਕਿ ਜੋ ਨਿਊ ਜਨਰੇਸ਼ਨ ਹੈ ਵੀ ਡੀ ਜੇ 'ਤੇ ਜ਼ਿਆਦਾ ਇੰਜੋਏ ਕਰਦੇ ਹਨ, ਇਸ ਕਰਕੇ ਪੰਜਾਬੀ ਜੋ ਸੱਭਿਆਚਾਰ ਆਪਣਾ ਅਲੋਪ ਹੁੰਦਾ ਜਾ ਰਿਹਾ, ਉਸਨੂੰ ਨਿਊ ਜਾਗਰੂਕ ਕਰਨ ਦੇ ਲਈ ਇਹ ਸਭ ਕੁਝ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ। ਪੁਰਾਣੇ ਸੱਭਿਆਚਾਰ ਦੇ ਵਿੱਚ ਜਿਸ ਤਰ੍ਹਾਂ ਸਾਉਣ ਦੇ ਮਹੀਨੇ ਦੇ ਵਿੱਚ ਲੜਕੀਆਂ ਆਪਣੇ ਪੇਕੇ ਪਿੰਡ ਜਾਂਦੀਆਂ ਸਨ, ਅਤੇ ਉੱਥੇ ਜਾ ਕੇ ਜਿਸ ਤਰ੍ਹਾਂ ਚਰਖਾ ਕੱਤਣਾ, ਪੀਂਘਾਂ ਪਾਈਆਂ ਜਾਂਦੀਆਂ ਸਨ, ਪੀਂਘਾਂ ਝੂਟਦੀਆਂ ਸਨ, ਅਤੇ ਉਸ ਦੇ ਨਾਲ ਹੀ ਗਿੱਧਾ ਪਾਇਆ ਜਾਂਦਾ ਸੀਗਾ। ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਇਹੀ ਮਹੱਤਤਾ ਹੈ। ਉਸ ਤੋਂ ਬਾਅਦ ਜੋ ਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਜੋ ਪੰਜਾਬੀ ਕਲਚਰ ਆ, ਉਸ ਦੇ ਵਿੱਚ ਇਹ ਰੰਗਾਰੰਗ ਪ੍ਰੋਗਰਾਮ ਮਨਾਏ ਜਾਂਦੇ ਹਨ, ਜਾਂ ਕਿ ਤਾਂ ਜੋ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਅੱਜ ਜਿਹੜੀਆਂ ਤੀਆਂ ਤੁਸੀਂ ਮਨਾਈਆਂ, ਬੋਲੀਆਂ ਪਾ ਕੇ ਮਨਾਈਆਂ ਜਾਂ ਡੀ ਜੇ 'ਤੇ ਮਨਾਈਆਂ? ਅੱਜ ਜੋ ਵੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਜੋ ਨਵੀਂ ਨੌਜਵਾਨ ਪੀੜ੍ਹੀ ਆ, ਜਿਨ੍ਹਾਂ ਨੂੰ ਬੋਲੀਆਂ ਪਾਈਆਂ ਵੀ ਹਨ, ਅਤੇ ਉਸ ਤੋਂ ਬਾਅਦ ਡੀ ਜੇ ਦੇ ਵਿੱਚ ਜੋ ਬੱਚੇ ਚਾਹੁੰਦੇ ਸਨ ਇੰਜੋਏ ਕੀਤਾ ਜਾਵੇ, ਉਸ ਦੇ ਲਈ ਡੀ ਜੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਹਾਂਜੀ, ਆਵਾਜ਼ੀ ਕੌਮ ਟੀ ਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।